ਦੀ ਪਿਆਰੀ ਗੁੜੀਆ ਮਾਸ਼ਾਅੱਲਾ ਪੂਰੀ ਮੈਚਿੰਗ ਕਰਕੇ ਜਨਾਬ ਤੇ ਉਹਦੇ ਭਾਈ ਵੀ ਨਾਲ ਇੰਜੋਏ ਕਰ ਰਹੇ ਨੇ ਮਾਸ਼ਾਅੱਲਾ ਹੈ ਛੋਟਾ ਕੀ ਹਾਲ ਆ ਠੀਕ ਠਾਕ ਆ ਗੁੜੀਆ ਆਪ ਕੈਸੀ ਹੋ ਠੀਕ ਹੋ ਈਦ ਇੰਜੋਏ ਹੋ ਰਹੀ ਹੈ ਈਦੀ ਮਿਲੀ ਕਿ ਨਹੀਂ ਲਓ ਜੀ ਈਦੀ ਮਿਲੀ ਹੈ ਜੀ ਇਨਕੋ 1000 ਰੁਪਏ ਈਦੀ ਮਿਲ ਗਈ ਇਹਨਾਂ ਨੂੰ ਜਨਾਬ ਫੁੱਲ ਇੰਜੋਏ ਕਰ ਰਹੇ ਨੇ ਬਸ असल जनाब है देखो अही ईद आ जी बच्चे इंजॉय कर रहे हैं ये ईद आ बच्चे के नाल हाँ जी जे भाई की हाल है ठीक हो जी जे भाई ईद मुबारक जे भाई ईद मुबारक बहुत ज्यादा जे भाई बहुत ज्यादा ईद मुबारक मिर्जा जरीब साहब ने जी तुम पता ही है जानते ही हो मैं तो चलो कितना जहाँ यूट्यूबर छोटा जहाँ यूट्यूबर हाँ तो मेरे बहुत अच्छे दोस्त ने बहुत प्यार वाले जी ने मेरे भाई ने असि हर वे एक दूसरे के दुख सुख के सांझे साथी हैं माशाल्लाह बेशक जी बेशक भरा ने साडे वड्डे शाह जी वड्डे भाई ने साडे जी इन्हां दी मोहब्बत दा शुक्रिया हाँ जी मीन साहब किथे तुहाडा उस्ताद लाल मिल गया तो बिल्कुल तकबीर खड़ी होगी जमात खड़ी होने लगी ते लेट हो गए अस्सलाम वालेकुम जी की हाल चाल है उम्मीद है सब खैर खेरी ते नाल होवोगे मैं तुहाडा दोस्त रिजवान बुखारी तुसीं देख रहे हो मेरा यूट्यूब चैनल रिजवान बुखारी ऑफिशियल ईद का पहले दिन दोपहर के तकरीबन 3 बज गए माशाला मैं घरों हूँ निकले ईद की नमाज पढ़ के कब्रस्तान जाके तो सो गए मुड़ के यार नींद ही इन्नी ज्यादा आई सी पूरे रोजे माशाला जागे 30 दिन 30 रात जागे तो अज माशाला जनाब असं गुजर रहे मैं घरों निकलिया तो हूँ गुजर रहे असं पहाड़ी ग्राउंड तो असल ईद हैगी बच्चों की बच्चिया की छोटिया बच्चिया की छोटे बच्चों की खुवादीन की असं पहाड़ी ग्राउंड तो गुजर रहे तो जनाब यार देखो तुम पहाड़ी ग्राउंड फुल ज्यादा रश है फुल बच्चे बच्चिया इंजॉय मैचिंग की हुई सूटा ना चूड़िया ना जुतियां ना तो जनाब ये रिंगा ना देखो जनाब बच्चे भी आए हुए तो बच्चिया भी जनाब छोटे छोटे फैमलिया के नाल लोग आए हुए हैं मेरे पिछे देख रहे हो जनाब रंगा रंग महफिल जनाब लगी हुई है बच्चों की बच्चों जनाब बहुत फुल इंजॉय कर रहे बच्चे मोटरसाइकिल से निकले देखो पहाड़ी ग्राउंड के अंदर तुम देखो कितना ज्यादा रश है तुम्हें मैं कैमरा थोड़ा जहा क्लोज करके दिखाना ਇਹ ਦੇਖੋ ਜੀ ਕਿੰਨਾ ਜ਼ਿਆਦਾ ਰਸ਼ਾ ਖਵਾ ਤੇ ਬੱਚੇ ਜਨਾਬ ਇੰਜੋਏ ਕਰ ਰਹੇ ਫੁੱਲ ਖੇਡ ਰਹੇ ਨੇ ਮਜ਼ਾ ਕਰ ਰਹੇ ਨੇ ਕਿਉਂਕਿ ਈਦ ਦਾ ਪਹਿਲਾ ਦਿਨ ਨਾ ਅਸਲ ਈਦ ਜਿਹੜੀ ਹੈ ਹੀ ਬੱਚਿਆਂ ਦੀ ਹੈ ਤੇ ਜਨਾਬ ਬੱਚੇ ਇੰਜੋਏ ਕਰ ਰਹੇ ਨੇ ਫੁੱਲ ਤੇ ਇਹ ਦੇਖੋ ਜਨਾਬ ਐਰੋਪਲੇਨ ਦੇ ਉੱਤੇ ਵੀ ਬੱਚੇ ਜਨਾਬ ਆਪਣੀ ਕਰਤਬ ਦਿਖਾ ਰਹੇ ਨੇ ਲਾਜ਼ਮੀ ਕੋਈ ਨਾ ਕੋਈ ਦੇਖੋ ਸਾਰੇ ਕੋਈ ਉਹ ਦੇਖੋ ਜਹਾਜ਼ ਦੇ ਉੱਤੇ ਚੜ ਗਏ ਬੱਚੇ ਉਹ ਦੇਖੋ ਜਨਾਬ ਤੇ ਜਨਾਬ ਫਰੂਟ ਚਾਟ ਦੀਆਂ ਗੋਲ ਗੱਪਿਆਂ ਦੀਆਂ ਤੇ ਖਿਡੌਣਿਆਂ ਦੀਆਂ ਜਿਹੜੀਆਂ ਦੁਕਾਨਾਂ ਜਿਹੜੀਆਂ ਸੱਜੀਆਂ ਹੋਈਆਂ ਨੇ ਸਟਾਲ ਲੱਗੇ ਹੋਏ ਨੇ ਤੇ ਜਨਾਬ ਬੱਚੇ ਖਰੀਦੋ ਫਰੋਖਤ ਕਰ ਰਹੇ ਨੇ ਮਾਂ-ਬਾਪ ਨਾਲ ਜਿੱਦਾਂ ਕਰਕੇ ਤੇ ਇਹ ਦੇਖੋ ਤੁਸੀਂ ਜਨਾਬ ਜਹਾਜ਼ ਦਾ ਕੀ ਹਾਲ ਹੋ ਰਿਹਾ ਜਹਾਜ਼ ਵੀ ਤੌਬਾ ਕਰ ਰਿਹਾ ਹੁਣ ਤੇ ਲੋਕ ਜਨਾਬ ਨਾਨ ਟਿੱਕੀ ਵੀ ਖਾ ਰਹੇ ਨੇ ਫੁੱਲ ਮਜ਼ਾ ਕਰ ਰਹੇ ਨੇ ਇੰਜੋਏ ਕਰ ਰਹੇ ਨੇ ਈਦ ਦਾ ਪਹਿਲਾ ਦਿਨ ਅਸਲ ਇੰਜੋਏ ਈਦ ਦਾ ਪਹਿਲਾ ਦਿਨ ਇਹੀ ਆ ਕਿ ਜਨਾਬ ਬੱਚੇ ਇੰਜੋਏ ਕਰ ਰਹੇ ਨੇ ਫੁੱਲ ਜਨਾਬ ਇਹ ਦੇਖੋ ਪਠਾਨ ਨੇ ਬੜੇ ਠੇਲੇ ਲਾ ਕੇ ਬੈਠੇ ਨੇ ਐਨਕਾਂ ਧੁੱਪ ਦੇ ਵਿੱਚ ਜਨਾਬ ਵਿਕ ਰਹੀਆਂ ਨੇ ਫੁੱਲ ਜ਼ਬਰਦਸਤ ਮਾਹੌਲ ਜਨਾਬ ਤੇ ਇੰਜੋਏ ਹੋ ਰਿਹਾ ਦੇਖੋ ਬੱਚੇ ਆਪਣੀ ਜਨਾਬ ਕੈਚਰ ਪੋਨੀਆਂ ਮੈਚ ਕਰ ਰਹੇ ਨੇ ਐਨਕਾਂ ਖਰੀਦ ਰਹੇ ਨੇ ਕੋਈ ਕੈਪਾਂ ਟੋਪੀਆਂ ਖਰੀਦ ਰਹੇ ਨੇ ਜਨਾਬ ਇਹ ਦੇਖੋ ਫੁੱਲ ਜਨਾਬ ਬੱਚੇ ਇੰਜੋਏ ਹੋ ਰਹੇ ਨੇ ਇਹ ਪਹਾੜੀ ਗਰਾਊਂਡ ਫੈਸਲਾਬਾਦ ਦਾ ਤੇ ਬੜਾ ਜ਼ਬਰਦਸਤ ਮਾਹੌਲ ਆ ਤੇ ਬੜਾ ਜ਼ਬਰਦਸਤ ਅੱਜ ਦਾ ਦਿਨ ਆ ਪਹਿਲਾਂ ਤੇ ਜਨਾਬ ਇਹੀ ਅਸਲ ਈਦ ਆ ਇਹੀ ਅਸਲ ਖੁਸ਼ੀਆਂ ਨੇ ਤੇ ਬੱਚਿਆਂ ਦੇ ਨਾਲ ਹੀ ਬਹਾਰਾਂ ਨੇ ਤੇ ਜਿਹੜੇ ਜਿਹੜੇ ਯਾਰ ਦੋਸਤ ਮੈਨੂੰ ਯਾਦ ਆ ਗਿਆ ਗੱਲ ਬਹੁਤ ਜ਼ਰੂਰੀ ਪੈਗਾਮ ਸੀ ਦੋਸਤਾਂ ਦੇ ਨਾਲ ਜਿਹੜੇ ਜਿਹੜੇ ਮੇਰੀ ਵੀਡੀਓ ਦੇਖ ਰਹੇ ਨੇ ਜਿੱਥੇ ਜਿੱਥੇ ਵੀ ਯਾਰ ਜਿਹੜੇ ਕੋਈ ਯਾਰ ਦੋਸਤ ਭੈਣ ਭਰਾ ਦੀ ਜਕਾਰ ਰਿਸ਼ਤੇਦਾਰ ਇੱਕ ਦੂਸਰੇ ਨਾਰਾਜ਼ ਨੇ ਪਲੀਜ਼ ਇੱਕ ਦੂਸਰੇ ਦੇ ਨਾਲ ਜਿਹੜਾ ਨਾ ਜਾ ਕੇ ਆਪਣੇ ਦੁੱਖ ਦੂਰ ਕਰੋ ਗਮ ਦੂਰ ਕਰੋ ਭੁਲਾਓ ਹਰ ਚੀਜ਼ ਨੂੰ ਅਤੇ ਇੱਕ ਦੂਸਰੇ ਦੇ ਨਾਲ ਜਿਹੜਾ ਨਾ ਉਹ ਮਿਲੋ ਮੁਹੱਬਤਾਂ ਵੰਡੋ ਸੁਲ੍ਹਾ ਕਰੋ ਜੱਪੀਆਂ ਪਾਓ ਅਤੇ ਈਦ ਦੇ ਮਜ਼ੇ ਮਨਾਓ ਅਸਲ ਈਦ ਦੀ ਇੰਜੋਏ ਕਰੋ ਜਨਾਬ ਅਤੇ ਅਸਲ ਈਦ ਦਾ ਇੰਜੋਏ ਅਤੇ ਈਦ ਦਾ ਮਜ਼ਾ ਇਹੀ ਆ ਕਿ ਯਾਰ ਜਿਹੜੇ ਰੁੱਠੇ ਨੇ ਤੁਹਾਡੇ ਨਾਲ ਰੁੱਸੇ ਨੇ ਉਹਨਾਂ ਨੂੰ ਮਨਾਇਆ ਜਾਵੇ ਅਤੇ ਅਸੀਂ ਜਨਾਬ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਜਾ ਰਹੇ ਗੋਸਤਵਾਨ ਤੇ ਇਸ ਤਰ੍ਹਾਂ ਹੋਇਆ ਕਿ ਯਾਰ ਮੈਂ ਪਰ ਵੀ ਸੋ ਗਿਆ ਤੁਹਾਨੂੰ ਦੱਸਿਆ ਅਤੇ ਦੋਸਤਾਂ ਦੇ ਫੋਨ ਆਉਣ ਲੱਗੇ ਦੋਸਤ ਦੀ ਦੁਕਾਨ 'ਤੇ ਸਾਰੇ ਬੈਠੇ ਹੋਏ ਨੇ ਅਤੇ ਉੱਥੇ ਸਾਰਿਆਂ ਦੇ ਫੋਨ ਆਈ ਜਾ ਰਹੇ ਵੀ ਯਾਰ ਆ ਜਾਓ ਸਾਡੀ ਅਤੇ ਹੁਣ ਅਸੀਂ ਉੱਥੇ ਜਾ ਰਹੇ ਹਾਂ ਅਤੇ ਯਾਰ ਆ ਇੱਕ ਬੱਚਾ ਮੋਟਰਸਾਈਕਲ 'ਤੇ ਚਿੱਟੇ ਮਾਰਦਾ ਸਪੀਡ ਦਾ ਲੰਘ ਗਿਆ ਉੱਥੇ ਜਾ ਰਹੇ ਹੁਣ ਸਾਰੇ ਉੱਥੇ ਦੋਸਤ ਗੈਟ ਟੂ ਗੈਟ ਇਕੱਠੇ ਹੋ ਰਹੇ ਹਾਂ माशाल्लाह कब्रस्तान भी बहुत ज्यादा रशी हो मैं बारिश बहुत ज्यादा सी फैसलाबाद ईद के टाइम तो मैं ना वो व्लॉग में कैप्चर नहीं कर सकिया बारिश शदीद की वजह तो हुण असीं जनाब अगे जा के दिखाने के असीं दोस्त जिहड़े इकट्ठे हो गए हैं ਉੱਥੇ ਅਸੀਂ ਚਲੋ ਜੀ ਆ ਬੱਚਿਆਂ ਦੇ ਖਿਡੌਣੇ ਅਤੇ ਬੱਚਿਆਂ ਦੇ ਜਨਾਬ ਝੂਲੇ ਅਤੇ ਬੱਚੇ ਇੱਥੇ ਫੁੱਲ ਇੰਜੋਏ ਕਰ ਰਹੇ ਨੇ ਮਜ਼ਾ ਲੈ ਰਹੇ ਨੇ
और कैसी ईद गुजरी थी, कैसी गुजर रही, मजा आ रहा, फुल इंजॉय हो रहा, किन्ने पैसे लैके आए थे मजा लेने झूले, और तेरा भला हो 1500 रुपया लैके आया जी झूलिया वास्ते जनाब, और देखो जी ऊंट भी बने आते मुख्तलिफ, और देखो जी पैसे भी दिखा रहे बच्चा जनाब, फुल मजा, और देखो बच्चिया भी झूले लै रही ने जनाब, तो फुल मजा आ रहा, यही असल ईद है बच्चों के नाल रौनक वा, तो बच्चों के नाल ही खुशियां वा, तो असल ईद भी बच्चों के नाल ही है जनाब, इंजॉय कर रहे हैं देखो बच्चे सारे। लो जी असं पहुँच गए हैं गेटा वाले चौक सुजाने रोड से जनाब, तो इतने जनाब मकडोनल भी काफ़ी ज़्यादा रश होना है, चौक के जनाब सारा बंद तो काफ़ी रश ज़्यादा होना है। देखो असल है यार गल उ है कि ईद है असल बच्चों की, देखो मजे कर रहे हैं बच्चे जनाब, इंजॉय कर रहे हैं, फुल मजा कर रहे हैं, कैसे हो, ईद कैसी गुजर रही, अच्छी गुजर रही है, ईद अच्छी गुजर रही है, फुल मजा आ रहा, वेरी गुड जी, प्यारी गुड़िया माशाल्लाह पूरी मैचिंग करके जनाब, तो भाई भी नाल इंजॉय कर रहे हैं माशाल्लाह, है छोटा की हाल है, ठीक ठाक है गुड़िया, आप कैसी हो, ठीक हो, ईद इंजॉय हो रही है, ईद मिली कि नहीं, लो जी ईद मिली है जी इनको 1000 रुपया ईद मिल गई इन्होंने जनाब, फुल इंजॉय कर रहे ने, असल जनाब है देखो अही ईद आ जी बच्चे इंजॉय कर रहे हैं, ये नाल ही ईद आ बच्चे दे नाल। अच्छा यार मैं याद आई एक और बहुत जरूरी गल मैं कि यार जे मजदूर तबका ना जरा मजदूरी कर आता, देखो मैं हूँ देखिए पिछले चौक च अज भी कुछ लोग ऐसे ने जो मजदूरी के उत्ते खड़े ने कि सानू मजदूरी मिल जाए, कम मिल जाए, तो रोजगार असी अपना जनाब घर का खर्चा चलाइए, तो यार प्लीज़ अपने हमसायों के इर्द गिर्द अपने अजीजों घर रिश्तेदारों के जाना ना, कोई इन्होंने चीज़ों का ख्याल लाजमी रख्या करो कि यार कोई जरा मुस्तक अफराद है, मुस्तक दोस्त है, कोशिश कराया करो कि जनाब जी ईद का फतराना ना वो उन्होंने दोस्तों दिता जाए, उन्होंने फैमिली उन्होंने लोगों को दिता जाए जे यार इस चीज़ के मुस्तक ने, तो मैं बस यही गुजारिश करनी थे, मैं याद आ गई सी गल तो मैं क्या दोस्तों के नाल शेयर कर ला, असी डी ग्राउंड देखो गुजर रहे हैं, तो डी ग्राउंड के अंदर भी कितना ज्यादा माशाल्लाह बच्चों का फैमिलिया का रश है, खवातीन का, यह देखो हॉर्स राइडिंग हो रही है, यह देखो हॉर्स राइडिंग कर रहे हैं जनाब बच्चे, इंजॉय फुल कर रहे हैं, असल ईद का मज़ा यही है, और इनू ही असल ईद कहते यार, कोशिश कराया करो कि बच्चों के नाल मुहब्बत ना प्यार ना शफकत ना पेश आया करो यार, ताकि बच्चे जो ईद उत्ते नाराज ना हो, बच्चों की मनपसंद ईद ही जी दे दिया करो, ऐ देखो जी बच्चे जनाब इकट्ठे हो गए ग्रुप गैंग दा गैंग मोटरसाइकलों के, अच्छ खैर नहीं मोटरसाइकलों की जनाब, ए गोलियां वाली जड़ी लगी आ, आलू छोलियां वाली जड़ी लगी आ, फुल इंजॉय हर बच्चा कर रहा, हर बंदा कर रहा माशाल्लाह, देखो कुछ लड़के जिन्होंने स्टैचू इतने पे ने उन्होंने नाल तस्वीर बना रहे हैं, इंजॉय कर रहे हैं, फुल ईद इंजॉय कर रहे हैं, ईद सैलीब्रेट कर रहे हैं, और असल ईद यार सैलीब्रेट है ही, मिठी ईद आ, खूबसूरत ईद आ, इनू सैलीब्रेट किया जाए, इनू हस के खुशहाली के नाल खुशी के नाल गुजारिया जाए, हालात मुल्क के जिस तरह भी ने, ये जिंदगी का एक हिस्सा, ये नाल चलना ही पैना आ, जाहरी गल ना अभी कुछ कर सकते ना तुम कुछ कर सकते। भाई गुब्बारे वाला अली कैसे हो, अली ठीक है, काम कैसा जा रहा, अली गुब्बारे बिक रहे माशाल्लाह, लो जी अली माशाल्लाह कहता जी बड़ी सेल है, बड़े खूबसूरत गुब्बारे लगे ने फैसलाबाद डी ग्राउंड की कॉर्नर के गेट के सामने, ऐ अली भाई के बच्चे ने माशाल्लाह इंजॉय फुल कर रहे, देखो एनक ला के पूरा मजा ले रहे हैं। अच्छा यार नाजिन गल इस तरह के मेरा ब्लॉग जरा ना रेंडम नहीं ब्लॉग होंगे या मतलब स्पैशल मैं जरा ना कोई प्लैन नहीं किया हूँ, रेंडम नहीं ब्लॉग हों, मैं जिते जा रहा जिते सफर के हाँ जिते जेन च आया भी इतने यार ब्लॉग बना लिया, तो मैं ब्लॉग बना लेना हूं, तो मेरे ब्लॉग में यार तुम जरा सबसक्राइब कर दिया करो, मेरे चैनल में मेरी वीडियो शेयर कर दिया करो, लाइक कर दिया करो, बैल आइकन प्रेस कर दिया करो, ताकि मेरा हर ब्लॉग या हर वीडियो तुहाडे तक पहुँच सके, यार कोशिश करा करो कमेंट बॉक्स में अपनी राय का इजहार जरूर दया करो कि तुम्हें मेरा ब्लॉग कैसा लगा, मेरी वीडियो कैसी लगी, मजीद मैं ब्लॉग किस टॉपिक से बनावा, किस किस्म से बनावा, और वीडियो किस किस्म की बनावा, यार धुप जी काफ़ी तेज आ, सूरज जरा अखा के पै रहा, मैं इस तो हाथ रख लिया यार सूचना देना, देखो बच्चे छोटे छोटे रोड से यार फुल मजा आ रहा, फुल मजा आ रहा बच्चों ने देख के, बड़ा खुशी महसूस हो रही है माशाल्लाह अलहमदुल्ला, मैं भी अपनी बेटी जनाब अच्छी शॉपिंग करवा के अलहमदुल्ला सारा कुछ करा के रिलीफ तैयारी की थी माशाल्लाह फुल रेडी, तो यार फिर उही गल कि मेरा ना ब्लॉग होता रैंडमली, मेरी वीडियो जी लाइक कर दिया करो, शेयर सबसक्राइब कर दिया करो,
ਤੁਹਾਡਾ ਕੁਛ ਨਹੀਂ ਜਾਣਾ ਅਤੇ ਸਾਡੇ ਵਲੋਗ ਜਿਹੜਾ ਉਹ ਹਿੱਟ ਹੋ ਜਾਣਾ ਸਾਡਾ ਤੁਹਾਡਾ ਸਬਸਕ੍ਰਾਈਬ ਕਰਨਾ ਜਿਹੜਾ ਨਾ ਉਹ ਸਾਡੇ ਵਾਸਤੇ ਜਿਹੜਾ ਨਾ ਉਹ ਆਕਸੀਜਨ ਦਾ ਕੰਮ ਕਰਦਾ ਆ ਆਕਸੀਜਨ ਸੇ ਸਾਡੀ ਜਿਹੜੀ ਨਾ ਬੁਲੰਦੀ ਦੀ ਆਕਸੀਜਨ ਘੱਟ ਜਾਂਦੀ ਹੈ ਅਤੇ ਉੱਥੇ ਆਕਸੀਜਨ ਮਿਲ ਜਾਏ ਅਤੇ ਸਕੂਨ ਹੋ ਜਾਂਦਾ ਇਸੇ ਤਰ੍ਹਾਂ ਯਾਰ ਤੁਸੀਂ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਨੂੰ ਤਾਂ ਕਿ ਸਾਡੀ ਜਿਹੜੇ ਰੈਂਕ ਸਾਡਾ ਵੀਡੀਓ ਦੀ ਸਾਡਾ ਚੈਨਲ ਦਾ ਉਹ ਜਿਹੜਾ ਅੱਛਾ ਹੋ ਜਾਵੇ ਠੀਕ ਹੋ ਗਿਆ ਲਓ ਜੀ ਇਹ ਸਾਡੇ ਦੋਸਤ ਦੀ ਦੁਕਾਨ ਆ ਜਿੱਥੇ ਅਸੀਂ ਆ ਗਏ ਹਾਂ ਅਤੇ ਇੱਥੇ ਹੁਣ ਦੇਖਦੇ ਹਾਂ ਕਿ ਕੀ ਸੂਰਤ ਹਾਲ ਆ ਅਤੇ ਕੀ ਨਹੀਂ ਜੇ ਭਾਈ ਕੀ ਹਾਲ ਨੇ ਠੀਕ ਹੋ ਜੀ ਜੇ ਭਾਈ ਮੁਬਾਰਕ ਜੇ ਭਾਈ ਮੁਬਾਰਕ ਬਹੁਤ ਜ਼ਿਆਦਾ ਜੇ ਭਾਈ ਬਹੁਤ ਜ਼ਿਆਦਾ ਮੁਬਾਰਕ ਮਿਰਜ਼ਾ ਜ਼ੁਰੇਬ ਸਾਹਿਬ ਨੇ ਜੀ ਤੁਹਾਨੂੰ ਪਤਾ ਹੀ ਹੈ ਤੁਸੀਂ ਜਾਣਦੇ ਹੋ ਮੈਂ ਤਾਂ ਚਲੋ ਕਦਨਾ ਜਿਹਾ ਯੂਟਿਊਬਰ ਛੋਟਾ ਜਿਹਾ ਯੂਟਿਊਬਰ ਹਾਂ ਅਤੇ ਮੇਰੇ ਬਹੁਤ ਅੱਛੇ ਦੋਸਤ ਨੇ ਬਹੁਤ ਪਿਆਰ ਵਾਲੇ ਜੀ ਨੇ ਮੇਰੇ ਭਾਈ ਨੇ ਅਸੀਂ ਹਰ ਵੇਲੇ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਸਾਂਝੇ ਸਾਥੀ ਹਾਂ ਮਾਸ਼ਾਅੱਲਾ ਬੇਸ਼ੱਕ ਜੀ ਬੇਸ਼ੱਕ ਭਰਾ ਨੇ ਸਾਡੇ ਵੱਡੇ ਸ਼ਾਹ ਜੀ ਵੱਡੇ ਭਾਈ ਨੇ ਸਾਡੇ ਜੀ ਇਹਨਾਂ ਦੀ ਮੁਹੱਬਤ ਦਾ ਸ਼ੁਕਰੀਆ ਹਾਂਜੀ ਅਮੀਨ ਸਾਹਿਬ ਕਿੱਥੇ ਤੁਹਾਡਾ ਉਸਤਾਦ ਲਾਲ ਮਿਲ ਗਿਆ ਉਸਤਾਦ ਗਿਆ ਯਾਰ ਆ ਰੋਡ ਤੋਂ ਗੁਜ਼ਰ ਰਹੇ ਸੀਗੇ ਅਤੇ ਐਕਸੀਡੈਂਟ ਹੋ ਗਿਆ ਕੋਈ ਖਤਰਨਾਕ ਜਿਹਾ ਇਹ ਦੇਖੋ ਯਾਰ ਐਕਸੀਡੈਂਟ ਹੋ ਗਿਆ 112 ਦੀ ਗੱਡੀ ਖੜੀ ਕਾਫੀ ਲੋਕ ਰੋਡ ਦੇ ਮੌਜੂਦ ਨੇ ਯਾਰ ਪਲੀਜ਼ ਈਦ ਦੇ ਦਿਨਾਂ ਦੇ ਵਿੱਚ ਕਮ ਅਜ਼ ਕਮ ਈਦ ਦੇ ਦਿਨਾਂ ਦੇ ਉੱਤੇ ਜਿਹੜਾ ਨਾ ਉਹ ਤੁਸੀਂ ਕਮ ਅਜ਼ ਕਮ ਆਸਤਾ ਗੱਡੀਆਂ ਮੋਟਰਸਾਈਕਲਾਂ ਚਲਾ ਲਓ ਬੱਚਿਆਂ ਨੂੰ ਖਸੂਸਰ ਨੌਜਵਾਨ ਨਸਲ ਨੂੰ ਮੈਂ ਕਹਾਂਗਾ ਪਲੀਜ਼ ਆਪਣੇ ਔਰ ਆਪਣੇ ਘਰਾਂ ਦੀ ਫੈਮਲੀਆਂ ਦਾ ਜਿਹੜਾ ਨਾ ਹਿਫਾਜ਼ਤ ਕਰੋ ਇਤਿਆਦ ਨਾਲ ਚੱਲੋ ਪਲੀਜ਼ ਬੜੀ ਮਿਹਰਬਾਨੀ ਤੁਹਾਡੀ ਯਾਰ ਬਹੁਤ ਹੀ ਅਫਸੋਸ ਹੋਇਆ ਐਕਸੀਡੈਂਟ ਦੇਖ ਕੇ ਈਦ ਦਾ ਪਹਿਲਾ ਦਿਨ ਬੱਚੇ ਸੀ ਕਿਤੇ ਮੋਟਰਸਾਈਕਲ ਦੇ ਵੀਰ ਸ਼ੀਨ ਕਰ ਰਹੇ ਸੀ ਕੋਈ ਲੱਗੇ ਉਹ ਕਾਰ ਵਾਲਾ ਲੰਘਿਆ ਉਹਦੀ ਸਾਈਡ ਲੱਗੀ ਅਤੇ ਬੱਚੇ ਦੀ ਲੱਤ ਟੁੱਟ ਗਈ ਹੁਣ ਤੁਸੀਂ ਦੱਸੋ ਯਾਰ ਕਿੰਨੀ ਅਫਸੋਸ ਨਾਲ ਖਬਰ ਆ ਕਿ ਈਦ ਦੀ ਖੁਸ਼ੀਆਂ ਦੇ ਉੱਤੇ ਜਿਸ ਬੱਚੇ ਦੀ ਲੱਤ ਟੁੱਟ ਗਈ ਉਹਦੀ ਫੈਮਿਲੀ 'ਤੇ ਕੀ ਗੁਜ਼ਰੀ ਹੋਏਗੀ ਅਤੇ ਕੀ ਗੁਜ਼ਰੇਗੀ ਜਦੋਂ ਹੁਣ ਪਤਾ ਲੱਗੇਗਾ ਲਿਆਂਦਾ ਪਲੀਜ਼ ਸਾਡੀ ਮਿਹਰਬਾਨੀ ਆ ਕਾਇੰਡਲੀ ਜਿਹਨਾਂ ਨਾਲ ਉਹ ਇਤਿਆਦ ਕਰਿਆ ਕਰੋ ਖਾਸ ਕਰਕੇ ਨਾ ਖੁਸ਼ੀਆਂ ਦੇ ਤਿਉਹਾਰ ਜਿਹੜੇ ਖੁਸ਼ੀਆਂ ਦੇ ਦਿਨ ਨੇ ਨਾ ਉਹਨਾਂ ਦੇ ਜ਼ਰਾ ਇਤਿਆਦ ਕਰਿਆ ਕਰੋ ਆਪਣੇ ਵੀ ਆਪਣੀ ਫੈਮਲੀ ਨੂੰ ਵੀ ਖੁਸ਼ ਰੱਖੋ ਯਾਰ ਪਲੀਜ਼ ਇਹਨਾਂ ਮਸਲਿਆਂ 'ਚ ਨਾ ਪਾਇਆ ਕਰੋ ਲਓ ਜੀ ਸਾਡੇ ਇੱਕ ਦੋਸਤ ਨੇ ਬਹੁਤ ਪਿਆਰੇ ਫੈਸਲ ਰਾਮੇ ਭਾਈ ਅਸੀਂ ਉਹਨਾਂ ਦਾ ਪਤਾ ਕਰਨ ਆਏ ਹਾਂ ਅੱਜ ਈਦ ਦਾ ਕਿਉਂਕਿ ਪਹਿਲਾਂ ਦਿਨ ਸੀ ਅਤੇ ਦੋ ਤਿੰਨ ਦਿਨ ਤੋਂ ਅਸੀਂ ਆਏ ਨਹੀਂ ਸੀ ਉਹਨਾਂ ਦੀ ਤੁਹਾਨੂੰ ਪਤਾ ਹੀ ਹੈ ਕਿ ਐਕਸੀਡੈਂਟ ਨੂੰ ਪਤਾ ਨਹੀਂ ਸੀ ਉਹਨਾਂ ਦੇ ਘਰ ਆਏ ਪਤਾ ਕਰਨ ਅਤੇ ਅਸੀਂ ਪਤਾ ਕਰ ਲਈਏ ਉਹਨਾਂ ਦਾ ਲਓ ਜੀ ਹਮ ਆਏ ਜੀ ਬਲੀ ਕੀ ਦੁਕਾਨ ਪੇ ਤੋਂ ਯਹਾਂ ਪੇ ਅੱਜ ਸਰਵਿਸ ਸਟੇਸ਼ਨ ਬੰਦ ਥਾ ਈਦ ਕੀ ਵਜ੍ਹਾ ਸੇ ਨਾ ਸਾਰੇ ਲੜਕੇ ਛੁੱਟੀਆਂ ਪੇ ਗਏ ਘਰੋਂ ਪੇ ਤੋ ਮੈਨੇ ਕਿਹਾ ਮੋਟਰਸਾਈਕਲ ਜੋ ਹੈ ਆਪਣੀ ਵਾਸ਼ ਕਰ ਲੇ ਮੋਟਰਸਾਈਕਲ ਵਾਸ਼ ਕਰਤੇ ਕਰਤੇ ਜੇਬੀ ਨੇ ਵੀ ਮੋਟਰਸਾਈਕਲ ਵਾਸ਼ ਕਰ ਲਈ ਆਪਣੀ ਤੋ ਸਾਥ ਮੇ ਦੋ ਤਿੰਨ ਗਾੜੀਆਂ ਆ ਗਈ ਤੋ ਹਮਨੇ ਸੋਚਾ ਯਾਰ ਇਨਕੋ ਵੀ ਵਾਸ਼ ਕਰ ਦੇਤੇ ਹੈ ਜੇਬੀ ਔਰ ਬਲੀ ਜਨਾਬ ਮਿਲ ਕੇ ਅਬ ਗਾੜੀਆਂ ਧੋ ਰਹੇ ਹੈ ਤੋ ਇਹ ਅੱਜ ਕਾ ਹਮਾਰਾ ਜੋ ਦਿਨ ਨੇ ਵੈਸੇ ਗੁਜ਼ਰਨਾ ਨਹੀਂ ਥਾ ਪਤਾ ਨਹੀਂ ਅਬ ਜੋ ਹੈ ਨਾ ਉਹ ਬਹੁਤ ਜਲਦੀ ਗੁਜ਼ਰ ਗਿਆ ਸ਼ਾਮ ਹੋ ਗਈ ਤਕਰੀਬਨ ਔਰ ਬਾਦਲ ਕਾਫੀ ਜ਼ਿਆਦਾ ਆ ਗਏ ਹੈ ਦੇਖੇ ਅੱਜ ਫਿਰ ਲੱਗਦਾ ਹੈ ਕਿ ਅੱਲਾ ਕੇ ਫਜ਼ਲ ਸੇ ਬਾਰਿਸ਼ ਔਰ ਆਂਧੀ ਆਏਗੀ ਜਿਸ ਤਰ੍ਹਾਂ ਦੋ ਤਿੰਨ ਦਿਨ ਸੇ ਮੁਸਲਸਲ ਹੋ ਰਹੀ ਹੈ ਮੌਸਮ ਕਾਫੀ ਅੱਛਾ ਹੈ ਬਿਹਤਰ ਹੈ ਦੇਖੇ ਬਾਦਲ ਆ